ਪੰਜਾਬ 'ਚ 1978 ਤੋਂ ਲੈ ਕੇ ਕਰੀਬ ਸਾਲ 1995 ਤੱਕ ਬੇਹੱਦ ਫਰਜ਼ੀ ਪੁਲਿਸ ਮੁਕਾਬਲੇ ਹੋਏ ਨੇ। ਪੁਲਿਸ ਨੇ ਬੇਕਸੂਰ ਲੋਕਾਂ ਨੂੰ ਪਰਿਵਾਰਾਂ ਸਮੇਤ ਚੁੱਕ ਚੁੱਕ ਕੇ ਮਾਰਿਆ। ਉਹਨਾਂ ਦੇ ਵਿੱਚ ਕਈ ਕੇਸ ਚੱਲਦੇ ਰਹੇ ਨੇ ਅਤੇ ਅੱਜ ਉਸੇ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਪੁਲਿਸ ਦੇ ਇੱਕ DIG ਅਤੇ ਇੱਕ DSP ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਬਾਕੀ ਵੀ ਦੋਸ਼ੀ ਕਰਾਰ ਦਿੱਤੇ ਗਏ ਨੇ, ਉਹਨਾਂ ਦੀ ਬੇਵਕਤੀ ਮੌਤ ਹੋ ਚੁੱਕੀ ਆ। ਪੂਰਾ ਮਸਲਾ ਕੀ, ਅਸਲ ਦੇ ਵਿੱਚ CBI ਦੀ ਅਦਾਲਤ ਨੇ ਇੱਕ ਕੇਸ 'ਤੇ ਆਪਣਾ ਫੈਸਲਾ ਸੁਣਾਇਆ। ਉਸ ਕੇਸ ਦੇ ਵਿੱਚ ਫਰਜ਼ੀ ਮੁਕਾਬਲਾ ਸੀ ਔਰ ਫਰਜ਼ੀ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ਇੱਕ ਸਾਬਕਾ DIG ਅਤੇ ਇੱਕ DSP ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ ਇਹਨਾਂ ਨੂੰ ਸਜ਼ਾ ਕਿੰਨੇ ਸਾਲ ਦੀ ਹੋਏਗੀ ਇਹਦਾ ਫੈਸਲਾ ਵੀ ਜਲਦ ਆਵੇਗਾ। ਪੂਰਾ ਮਸਲਾ ਕੀ ਆ, CBI ਦੀ ਅਦਾਲਤ ਨੇ ਕਰੀਬ 3 ਦਹਾਕੇ ਪੁਰਾਣੇ, ਲਗਭਗ 30 ਸਾਲ ਪੁਰਾਣੇ ਕੇਸ ਜੋ ਫਰਜ਼ੀ ਮੁਕਾਬਲਾ ਸੀ ਉਹਦਾ ਨਿਬੇੜਾ ਕੀਤਾ। ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ DIG ਜੋ ਸੇਵਾ ਮੁਕਤ ਹੋ ਚੁੱਕੇ ਨੇ ਦਿਲਬਾਗ ਸਿੰਘ ਅਤੇ DSP ਗੁਰਚਰਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਜਾਵੇਗੀ ਔਰ ਸੁਣਵਾਈ ਦੌਰਾਨ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਪਾਈ ਜਾਵੇਗੀ। ਇਹ ਕੇਸ ਵਿੱਚ ਨਾਮਜ਼ਦ 3 ਪੁਲਿਸ ਮੁਲਾਜ਼ਮ, ਜਿਨ੍ਹਾਂ ਵਿੱਚ ਅਰਜਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ 22 ਜੂਨ 1993 ਨੂੰ ਤਰਨ ਤਾਰਨ ਪੁਲਿਸ ਦੇ ਨੇ ਜੰਡਾਲਾ ਰੋਡ ਤਰਨ ਤਾਰਨ ਤੋਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਚਮਨ ਲਾਲ ਅਤੇ ਉਸਦੇ 3 ਪੁੱਤਰਾਂ ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਅਤੇ ਬੌਬੀ ਨੂੰ ਘਰੋਂ ਚੁੱਕ ਕੇ ਤਰਨ ਤਾਰਨ ਸਿਟੀ ਥਾਣਾ ਦੀ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਿਆ। 3 ਦਿਨ ਬਾਅਦ 26 ਜੂਨ ਨੂੰ ਚਮਨ ਲਾਲ ਅਤੇ ਉਸਦੇ 2 ਪੁੱਤਰ ਪ੍ਰਵੀਨ ਕੁਮਾਰ ਅਤੇ ਬੌਬੀ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਗੁਲਸ਼ਨ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ। ਕਰੀਬ 1 ਮਹੀਨੇ ਬਾਅਦ 26 ਜੁਲਾਈ 1993 ਨੂੰ ਪੁਲਿਸ ਨੇ ਫਰਜ਼ੀ ਮੁਕਾਬਲੇ ਦੇ ਵਿੱਚ ਗੁਲਸ਼ਨ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਰਿਵਾਰ ਨੂੰ ਉਸਦੀ ਲਾਸ਼ ਤੱਕ ਵੀ ਨਹੀਂ ਦਿੱਤੀ। ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਸੇਵਾ ਮੁਕਤ DIG ਦਿਲਬਾਗ ਸਿੰਘ ਅਤੇ ਸਾਬਕਾ DSP ਗੁਰਚਰਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਕਿ ਕਿੰਨੇ ਸਾਲ ਦੀ ਹੋਗੀ। ਉੱਧਰ ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਜਦੋਂ ਗੁਲਸ਼ਨ ਕੁਮਾਰ ਨੂੰ ਤਰਨ ਤਾਰਨ ਪੁਲਿਸ ਨੇ ਘਰੋਂ ਚੁੱਕਿਆ ਸੀ ਉਸ ਸਮੇਂ ਦਿਲਬਾਗ ਸਿੰਘ DSP ਅਹੁਦੇ 'ਤੇ ਸੀ ਅਤੇ ਗੁਰਚਰਨ ਸਿੰਘ ਸਿਟੀ ਥਾਣਾ ਤਰਨ ਤਾਰਨ ਵਿੱਚ SHO ਦੇ ਤੌਰ 'ਤੇ ਤੈਨਾਤ ਸੀ। ਇਸ ਕੇਸ ਵਿੱਚ 31 ਗਵਾਹਾਂ ਵਿੱਚੋਂ 15 ਗਵਾਹਾਂ ਦੇ ਬਿਆਨ ਕਲਮ ਕੀਤੇ ਗਏ ਸੀ ਜਦੋਂ ਕਿ ਬਾਕੀ ਸਾਰੇ ਗਵਾਹਾਂ ਦੀ ਟਰਾਇਲ ਦੌਰਾਨ ਹੀ ਮੌਤ ਹੋ ਗਈ ਸੀ। ਪੁਲਿਸ ਨੇ ਗੁਲਸ਼ਨ ਕੁਮਾਰ ਦਾ ਚੁੱਪ ਚਪੀਤੇ ਹੀ ਸੰਸਕਾਰ ਵੀ ਖੁਦ ਕਰ ਦਿੱਤਾ ਸੀ। ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਸਣੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ ਪਰ ਕਿਸੇ ਵੀ ਅਧਿਕਾਰੀ ਨੇ ਪੀੜਿਤ ਪਰਿਵਾਰ ਨੂੰ ਸੁਣਵਾਈ ਕੀ ਕਰਨੀ ਸੀ, ਕਿਸੇ ਨੂੰ ਮੁਲਾਕਾਤ ਵੀ ਕਿਸੇ ਨਾਲ ਨਹੀਂ ਕੀਤੀ। ਬਾਅਦ ਵਿੱਚ ਇਸ ਬਹੁਚਰਚਿਤ ਕੇਸ ਨੂੰ ਖਾਲੜਾ ਕੇਸ ਨਾਲ ਜੋੜਿਆ ਗਿਆ ਅਤੇ ਉੱਚ ਅਦਾਲਤ ਨੇ ਪੀੜਤ ਪਰਿਵਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਕੇਸ CBI ਨੂੰ ਰੈਫਰ ਕਰ ਦਿੱਤਾ। CBI ਨੇ ਫਿਰ ਇਸ ਕੇਸ ਦੀ ਪੂਰੀ ਪੈਰਵਾਈ ਕੀਤੀ। ਇਸ ਤਰ੍ਹਾਂ ਕਰੀਬ 4 ਸਾਲਾਂ ਮਗਰੋਂ CBI ਨੇ ਮੁੱਢਲੀ ਜਾਂਚ ਤੋਂ ਬਾਅਦ ਇਹਨਾਂ ਪੁਲਿਸ ਅਧਿਕਾਰੀਆਂ ਖਿਲਾਫ਼ ਧਾਰਾ 302, 364, 201, 218, 34 ਅਤੇ 120B ਤਹਿਤ
ਪਰਚਾ ਦਰਜ ਕੀਤਾ। ਇਸ ਕੇਸ ਦੀ ਸੁਣਵਾਈ ਮੋਹਾਲੀ ਸਥਿਤ CBI ਦੇ ਵਿਸ਼ੇਸ਼ ਜੱਜ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਿੱਚ ਚੱਲਦੀ ਰਹੀ ਹੈ, ਜਿਨ੍ਹਾਂ ਨੇ ਇਸ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਸਾਬਕਾ DIG ਅਤੇ DSP ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਸੁਣਵਾਈ ਦੌਰਾਨ ਹੀ ਕੀਤਾ ਜਾਊਗਾ। ਇਹਨਾਂ ਨੂੰ ਕਿੰਨੀ ਸਜ਼ਾ ਸੁਣਾਈ ਜਾਏਗੀ ਇਹ ਫੈਸਲਾ ਅਦਾਲਤ ਨੇ ਕਰਨਾ, ਪਰ ਫਿਲਹਾਲ ਇੱਕ ਕੌੜੀ ਸੱਚਾਈ ਆ ਕਿ ਪੰਜਾਬ ਪੁਲਿਸ ਜੋ ਖਾਕੀ ਕਰਕੇ ਮਸ਼ਹੂਰ ਆ ਉਹ ਓਨੀ ਬਦਨਾਮ ਨਹੀਂ ਆ, ਦਾਗੀ ਆ। ਖਾਕੀ ਅਤੇ ਲਹੂ ਦੇ ਸਿੱਟੇ ਵੀ ਆ, ਬੇਕਸੂਰ ਲੋਕਾਂ ਨੂੰ ਮਾਰੇਗਾ। ਵੱਡੀ ਗਿਣਤੀ ਦੇ ਵਿੱਚ ਕਈ ਪੁਲਿਸ ਅਫਸਰ ਅਦਾਲਤਾਂ ਵੱਲੋਂ, ਖਾਸ ਕਰਕੇ CBI ਵੱਲੋਂ ਦਾਗੀ ਅਤੇ ਦੋਸ਼ੀ ਕਰਾਰ ਦਿੱਤੇ ਗਏ ਨੇ ਅਤੇ ਕਈ ਅੱਜ ਵੀ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਨੇ। ਦੁੱਖ ਦੀ ਗੱਲ ਆ, ਪਰ ਜਿਨ੍ਹਾਂ ਬੇਕਸੂਰਾਂ ਨੂੰ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਖਪਾਇਆ ਸੀ, ਅੱਜ ਵੀ 30-30 ਸਾਲ ਵਾ ਹੋ ਚੁੱਕੇ ਨੇ ਅਤੇ ਪੀੜਿਤ ਪਰਿਵਾਰ ਫਿਰ ਵੀ ਇਨਸਾਫ ਲੈਣ ਵਾਸਤੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ। ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।